ਹੁਣ ਬਾਈ ਮੈਂ ਕੱਲ੍ਹ ਵੀ ਸੋਸ਼ਲ ਮੀਡੀਆ 'ਤੇ ਦੇਖਿਆ ਹੁੰਦਾ ਬਾਈ ਪੈਸੇ ਲੈ ਕੇ, ਮੈਂ ਕਿਹਾ ਯਾਰ ਕਮਾਲ ਕਰੀ ਜਾਂਦੇ ਹਾਂ ਬਾਈ, ਅਸੀਂ ਤਾਂ ਪੈਸੇ ਬਣਵਾਉਣ ਵਾਲੇ ਹਾਂ ਅਤੇ ਅਸੀਂ ਪੈਸੇ ਲੈ ਕੇ ਬੁੱਕ ਕਰਾਂਗੇ ਅਤੇ ਸਾਰੀ ਜ਼ਿੰਦਗੀ ਹੋ ਗਈ ਬਾਈ ਹੁਣ ਤੱਕ ਤਾਂ ਫਿਰ ਸਾਰੇ ਜਣਿਆਂ ਦੀ ਪੈਸੇ ਲੈ ਕੇ ਮੁੱਕ ਰਿਹਾ ਹੋਊਂਗਾ, ਮੈਂ ਕਿੱਡ ਨਾਲ ਕੰਮ ਕਰਦਾ, ਫਿਰ ਤਾਂ ਮੈਂ ਕਿੱਡ ਦੇ ਪੈਸੇ ਵੀ ਦੱਬੇ ਹੋਣਗੇ। ਇਹ ਤਾਂ ਯਾਰ ਲੰਡੂ ਗੱਲਾਂ ਹੁੰਦੀਆਂ ਨੇ ਬਾਈ, ਹੈ ਨਾ। ਜੇ ਕੋਈ ਸੱਚੋਂ ਕੋਈ ਜੈਨੂਅਨ ਰੀਜ਼ਨ ਹੁੰਦਾ ਯਾਰ, ਕੋਈ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸੌ ਕਿੰਨਾ ਟਾਈਮ ਹੋ ਗਿਆ ਕਿਸੇ ਨਾਲ ਵੀ ਬਿਜ਼ਨਸ ਕਰਦੇ ਹੋ ਅਤੇ 1,00,000 ਰੁਪਏ ਪਿੱਛੇ ਤੁਸੀਂ ਠੱਗੀ ਮਾਰੋਗੇ? 1,00,000 ਰੁਪਏ ਨਾਲ ਤਾਂ ਮੇਰਾ ਮਹਿਲ ਪੈ ਜਾਣਾ, ਹੈ ਨਾ ਬਾਈ। ਉਹ ਸਿੱਧੂ ਜਿਹੜੇ ਆ ਨਕਲੀ ਦੰਦ ਲਾਏ ਨਾ, ਇਹਨਾਂ ਦੇ ਪੈਸੇ ਮੋੜ ਦੇ ਤੂੰ, ਬਾਕੀ ਗੱਲਾਂ ਤਾਂ ਬਾਅਦ 'ਚ ਕਰਾਂਗੇ ਪੁੱਤ, ਹੁਣ ਤਾਂ ਨੀਂਦ ਆਉਂਦੀ ਹੈ ਜੱਟ ਨੂੰ। ਠੀਕ ਹੈ ਨਾ, ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਆਪਣਾ ਇਤਿਹਾਸ ਦੇਖੋ, 3 ਸਾਲ ਪਿਛਲੇ ਪਾਸੇ ਦੇਖੋ, ਤੁਸੀਂ 3 ਸਾਲ ਪਹਿਲਾਂ ਕੀ ਸੀ ਅਤੇ ਤੁਸੀਂ ਹੁਣ ਕੀ ਹੋ ਅਤੇ ਹੁਣ ਇਹ ਤੋਂ ਬਾਅਦ ਦੇਖਿਓ। ਠੀਕ ਹੈ ਨਾ, ਇਹ ਜੋ ਤੁਸੀਂ ਕਰਤੂਤ ਕੀਤੀ ਹੈ ਇਹ ਬਾਈ, ਤੁਹਾਨੂੰ ਲੱਗਦਾ ਵੀ ਗੋਟ ਗਾਣਾ ਹੀ ਨਿਕਲਣਾ ਸੀ? ਗੋਟ ਗਾਣਾ ਕਿਵੇਂ ਨਿਕਲਿਆ? ਕਿਉਂਕਿ ਇੱਥੋਂ ਲੀਕ ਹੋਇਆ। ਬੀ ਟਾਊਨ ਦੀ ਵੀਡੀਓ ਕਿੱਥੋਂ ਨਿਕਲੀ? ਇਹਨਾਂ ਨੇ ਲੀਕ ਕੀਤੀ, ਕਿਉਂਕਿ ਜਦੋਂ ਇਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਸਾਡੇ ਨਾਲ ਤਾਂ ਸਿੱਧੂ ਦਾ ਕੋਈ ਗਾਣਾ ਨਹੀਂ ਆ ਰਿਹਾ, ਹੋਰ ਕੋਈ ਗਾਣਾ ਬਾਈ, ਮੈਨੂੰ ਦੁਨੀਆ ਦੱਸਦੀ ਹੈ, ਕਹਿੰਦੇ ਬਾਈ ਵੀਡੀਓ ਪ੍ਰੋਡਿਊਸਰ ਦੱਸਦੇ ਨੇ ਮੈਨੂੰ, ਕਹਿੰਦੇ ਬਾਈ ਇਹਨਾਂ ਦਾ ਹੋਰ ਕਿਸੇ ਨਾਲ ਕੋਈ ਗਾਣਾ ਨਹੀਂ ਚੱਲਦਾ। ਭਰਾਵਾ ਹੁਣ ਦੇਖ ਲਾ, ਤੇਰੀ ਪੂਰੀ ਲਾਈਫ ਤਾਂ ਦੇਖੀ ਨਹੀਂ ਗੀ, ਹੈ ਨਾ, ਜੱਟ ਥੋੜ੍ਹਾ ਬਿਜ਼ੀ ਸੀਗਾ, ਪਰ ਤੂੰ ਬਾਰ ਬਾਰ ਆਖੀ ਨਾ ਕਿ 3 ਸਾਲ ਪਹਿਲਾਂ ਇਹ ਕਿੱਥੇ ਸੀਗੇ, ਅਤੇ ਭਰਾਵਾ ਤੂੰ ਕਿੱਥੇ ਫਿਰਦਾ ਸੀ, ਤੂੰ ਕਿੱਥੇ ਸੀਗਾ ਉਹ ਦੱਸ ਦੇ। ਜਦੋਂ ਤੂੰ ਸਟੂਡੀਓ ਆਇਆ ਸੀਗਾ ਅਸੀਂ ਤੇਰੇ ਕੋਲ ਆਏ ਕਿ ਤੂੰ ਸਾਡੇ ਕੋਲ ਆਇਆ ਉਹ ਦੱਸ ਦੇ ਲੋਕਾਂ ਨੂੰ, ਤੂੰ ਸਾਡੇ ਕੋਲ ਆਇਆ ਭਰਾ। ਆਉਂਦਾ ਸੀਗਾ ਭਰਾ ਮੈਂ ਤੁਹਾਡੀ ਵੀਡੀਓ ਦੇਖੀ ਹੋ ਪੰਜਾਬ 'ਚੋਂ ਬਿਊਟੀ, ਤੁਸੀਂ ਬਹੁਤ ਘੈਂਟ ਰੈਪ ਕਰਦੇ ਹੋ ਬ੍ਰੋ, ਬਰਡ ਤੇਰੀ ਤਾਂ ਬੀਟਾਂ ਹੀ ਬਾਹਲੀ ਵਧੀਆ ਬ੍ਰੋ। ਸੋ ਬ੍ਰੋ ਡੋਨਟ ਐਵਰ ਗੈਟ ਇਟ ਟਵਿਸਟਡ, ਤੂੰ ਸਾਡੇ ਕੋਲ ਆਇਆ ਸੀ, ਤੂੰ ਸਾਡਾ ਕੰਮ ਚਲਾਇਆ ਭਰਾਵਾ, ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਰੈਪ ਰੂਪ ਨਹੀਂ ਚਾਹੀਦਾ, ਗਾਣੇ ਗੁਣੇ ਨਹੀਂ ਚਾਹੀਦੇ, ਬੜੇ ਕੰਮ ਕੀਤੇ ਆ ਬ੍ਰੋ, ਗੀਤਕਾਰੀ ਦੀ ਗੱਲਾਂ ਕਰਦਾ ਸਾਲਾ।